ਈਵਨਿੰਗ ਵੈਲਕਮ ਜਨਾਬ ਜੀ, ਜਾਣਾ ਲੈ ਚੱਲੀਏ ਵਿਚਾਰਿਆਂ ਨੂੰ, ਡ੍ਰਿਪ ਲਵਾ ਹੀ ਲਿਆਈਏ ਹੈ ਨਾ। ਚੱਲ ਫਿਰ ਧੂਤੀ ਨੂੰ ਵੀ, ਧੂਤੀ ਦਵਾ ਜਾਈਏ, ਤੂੰ ਜਾਣਾ ਧੂਤੀ ਨੂੰ ਲੈ ਜਾਓਗੇ, ਤੂੰ ਜਾਣਾ ਨਹੀਂ, ਮੈਂ ਕੰਮ ਕਰ ਲੈਣਾ। ਚੱਲ ਅਸੀਂ ਇੱਥੇ ਲੈ ਜਾਂਦੇ ਡਿੱਕੀ 'ਚ ਰੱਖ ਕੇ ਹੈ ਨਾ, ਇਹ 'ਚ ਕੁਛ ਪਿਸ਼ਾਬ ਛੂ ਦੇਣਾ ਸੀਗਾ, ਕੋਈ ਪੱਗ ਜੀ ਪਿਸ਼ਾਬ ਭੂਟੋ ਰਹਿਣ ਦੇ ਆ, ਭੂਟੋ ਤਾਂ ਠੀਕ ਹੀ ਆ, ਉਹ ਪੱਗ ਕਿਹੜਾ ਸਾਫ ਆ, ਇੰਨੀ ਵਧੀਆ ਮੈਂ ਰੇਂਜ ਰੋਵਰ 'ਚ ਵਾਸ਼ਨਾ ਆਉਂਦੀ ਆ, ਰੇਂਜ ਰੋਵਰ ਖਰਾਬ ਕਰਨੀ ਆ, ਇਹਦੇ ਵਿੱਚ ਪਾ ਕੇ ਲੈ ਜਾਈਏ, ਨਹੀਂ ਤੂੰ ਇਹਨੇ ਪੈਰਾਂ 'ਚ ਰੱਖ ਲੈਣੇ ਆਪਣੇ, ਪੈਰਾਂ 'ਚ ਹੀ ਰੱਖ ਲੈਂਦੇ ਹਾਂ, ਕੋਈ ਨਹੀਂ, ਕਦੇ ਕਦੇ ਵੱਡੇ ਵੱਡੇ ਨਿੱਕੇ ਨਿੱਕੇ ਤਾਂ ਉਹ ਨਹੀਂ, ਪਿੱਛੇ ਸਹੀ ਐਵੇਂ ਲੈ ਜਨਾਬ ਜੀ ਲੈ ਆਓ। ਸਭ ਤੋਂ ਵੱਡੀ ਇਹੀ ਸੀ ਨਾ, ਤਾਂ ਹੀ ਇਹ ਸ਼ਰੀਫ ਆ ਸਭ ਤੋਂ ਵੱਡੀ, ਆਹ ਜਿਹੜੀ ਸੀ ਨਾ ਸਭ ਤੋਂ ਛੋਟੀ ਸੀ, ਇਹ ਮਰ ਚੱਲੀ ਸੀ, ਅਤੇ ਸਭ ਤੋਂ ਪਟਾਕਾ ਇਹੀ ਆ ਹੁਣ, ਧੁੰਦੋ ਜੀ ਪੈਂਦੀ ਬੜਾ ਹੀ ਉਹਨਾਂ ਨੂੰ, ਬਿਮਾਰ ਇਹ ਸੀ, ਇਹਦੇ ਤੋਂ ਬਿਮਾਰ ਹੋ ਗਏ। ਬੜੇ ਦਿਨਾਂ ਬਾਅਦ ਚਲਾਈ ਅੱਜ, ਉੱਦਣ ਤਾਂ ਮੈਂ ਦੋ ਤਿੰਨ ਦਿਨ ਠੀਕ ਨਹੀਂ ਰਿਹਾ, ਪਹਿਲਾਂ ਕੀਆ ਚਲਾਉਂਦਾ ਰਿਹਾ, ਅਤੇ ਅੱਜ ਹੀ ਕੱਢੀ ਆ ਇਹ, ਹੁਣ ਕੁੱਤਿਆਂ ਦਾ ਨਿਬੇੜ ਕੇ ਨਾ ਪਿੰਡ ਨੂੰ ਜਾਣਾ, ਉੱਥੋਂ ਆਪਾਂ ਆਲੂਆਂ ਦੀ ਬੋਰੀ ਲਿਆਉਣੀ ਆ, ਆਲੂਆਂ ਦੀ ਬੋਰੀ ਚੱਕ ਕੇ ਲਿਆਉਣੀ, ਕਹਿੰਦੇ ਨੇ ਹੁਣ ਪਤਾ ਨਹੀਂ ਕਿਹੜੀ ਗੱਡੀ 'ਤੇ ਲੈ ਕੇ ਆ ਗਏ, ਗੱਡੀ 'ਤੇ ਘੁੰਮਾਉਂਦੇ ਰਹਿੰਦੇ, ਆਹ ਸਟੇਅਰਿੰਗ ਪਵਾਇਆ ਜੀ, ਆਪਦੇ ਵੀਲ, ਸਟੇਅਰਿੰਗ ਵੀਲ ਕਹਿ ਦਿੰਦੇ, ਸਟੇਅਰਿੰਗ ਵੀਲ ਨਹੀਂ, ਸਟੇਅਰਿੰਗ ਰੈਪ ਕਵਰ, ਰੈਪ ਕਵਰ ਜੋ ਵੀ ਆ, ਅੰਦਰ ਨਹੀਂ ਜਾਣੀ ਹੈ ਨਾ, ਇਹ ਚੱਲ ਜੂਗੀ ਕਿ ਨਹੀਂ ਚੱਲ ਜੂਗੀ, ਨਹੀਂ ਚੱਲੀ ਆ, ਤਿੰਨਾਂ ਦੇ ਡ੍ਰਿਪ ਲੱਗੂ, ਤਿੰਨਾਂ ਦੇ ਇਕੱਠੇ ਲਾ ਦੇਣਾ, ਹਾਂਜੀ ਉਹਨੂੰ ਵੀ ਕੱਢ ਲਿਆਈ ਗਿਆ, ਦੂਜੇ ਨੂੰ ਉਹ ਰਹਿ ਗਿਆ, ਚਲੋ ਤਿੰਨਾਂ ਦੇ ਲੱਗ ਗਏ, ਅੱਛਾ ਇਹ ਨਹੀਂ ਸ਼ਰੀਫ ਹੈ ਪੂਰੀ, ਇਹ ਨਹੀਂ ਹਿੱਲੀ ਉੱਦਾਂ, ਬਸ ਚਲੋ ਜੀ, ਚਲੋ ਜੀ ਬਹਿ ਜਾਓ ਜੀ, ਹੁਣ ਓਕੇ ਆ, ਤੂੰ ਜ਼ਿਆਦਾ ਰੌਲਾ ਪਾਉਂਦੀ ਆ, ਹੈ ਮੈਂਗਣੇ ਜੀ ਬਰੰਟੋ ਜੀ, ਚੱਲ ਤੁਹਾਡੀ ਭੈਣ ਭੂਟੋ ਉਡੀਕਦੀ ਹੋਣੀ ਤੁਹਾਨੂੰ, ਕਹਿੰਦੀ ਹੋਣੀ ਕਿੱਥੇ ਚੱਲ ਗਈ ਆ ਭੂਟੋ, ਇਹ ਚੱਲੀਏ ਕਰਨ, ਚੱਲੀਏ ਚੱਲੀਏ ਕਰਨ, ਚੱਲੀਏ ਦੂਜੀ ਵੀ ਆ ਗਈ, ਹਾਂਜੀ ਹੁਣ ਖੁੱਲੀਆਂ ਅੱਖਾਂ ਮੜੀਆਂ ਜੀਆਂ, ਇੱਕ ਨੂੰ ਲੱਗਦਾ ਹਿਚਕੀ ਆਉਂਦੀ ਮੈਨੂੰ, ਆਹ ਪਹੁੰਚ ਜਾਣਾ ਆਪਾਂ 10 ਮਿੰਟਾਂ 'ਚ ਘਰ, ਬਚਾ 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 ਬਹਿ ਜਾ, ਤੂੰ ਫਿਰ ਬਹਿ, ਫਿਰ ਬੂਹਾ ਖੋਲ੍ਹਾਂ ਬਾਅਦ 'ਚ ਬਹਿਣਾ, ਲੈ ਵੀ ਜਿੰਨਾ ਕੁ ਹੁੰਦਾ ਉਨਾ ਕੁ ਕਰੀ ਜਾਂਦੇ ਇਹਨਾਂ ਦਾ, ਅਤੇ ਹੁਣ ਇੱਕ ਅੱਧਾ ਦਿਨ ਹੋਰ ਦੇਖ ਲੈਂਦੇ ਹਾਂ, ਜੇ ਅੱਜ ਸਹੀ ਹੋ ਜਾਂਦੇ ਫਿਰ ਅੱਜ ਛੱਡ ਆਉਣੇ ਸੀਗੇ, ਡਾਕਟਰ ਇਹ ਕਹੀ ਜਾਂਦਾ ਛੱਡ ਆਓ ਛੱਡ ਆਓ, ਮੈਂ ਕਿਹਾ ਹੁਣ ਸਹੀ ਹੋਊਗੇ ਤਾਂ ਫਿਰ ਹੀ ਛੱਡਣੇ ਆ, ਉਨਾ ਚਿਰ ਨਹੀਂ ਜਿੰਨੇ ਪੈਸੇ ਲੱਗ ਰਹੇ ਲੱਗ ਲਾ ਦਾਂਗੇ, ਹੁਣ ਕੋਈ ਨਹੀਂ ਇੱਕ ਠੀਕ ਆ ਹੁਣ, ਅਤੇ ਹੁਣ ਇਹ ਤਿੰਨੇ ਹੈਂਗ ਹੋਏ ਫਿਰਦੇ ਆ, ਚਲੋ ਬਈ ਹੋ ਗਈ ਛੁੱਟੀ ਛੁੱਟੀ ਛੁੱਟੀ, ਚਲੋ ਜੀ ਹੌਲੀ ਦੌੜ ਜਾ ਦੌੜ ਜਾ, ਲੱਗ ਗਿਆ ਪਤਾ ਹੁਣ ਕਿੱਥੇ ਆ ਗਏ, ਉਹ ਕਹਿੰਦਾ ਅੱਡ ਰੱਖੋ ਇਹਨਾਂ ਨੂੰ ਭੂੰਡੋ ਦੇ ਨਾਲੋਂ, ਭੂੰਡੋ ਨੂੰ ਅੱਡ ਅਤੇ ਇਹਨਾਂ ਨੂੰ ਅੱਡ, ਹੁਣ ਤਿੰਨਾਂ ਨੂੰ ਲਵਾ ਕੇ ਲਿਆ ਉਹ ਡ੍ਰਿਪਾਂ, ਲੈ ਵੀ ਅਸੀਂ ਹਨਾ ਹੁਣ ਪਹੁੰਚ ਗਏ ਹਾਂ ਸ਼ਹਿਰ, ਅਤੇ ਹੁਣ ਅਸੀਂ ਨਾ ਆ ਗਏ ਹਾਂ ਆਪਣੇ ਇੱਥੇ ਰੇਂਜ ਰੋਵਰ ਦੇ ਪਿੱਛੇ, ਲਿਖਾਉਣ ਖੂਹ ਵਾਲੇ ਲੱਗੇ ਹਾਂ, ਲਿਖਾਉਣ ਖੂਹ ਵਾਲੇ ਲੱਗੇ ਹਾਂ, ਅੰਦਰ ਜਾ ਕੇ ਡਿਜ਼ਾਇਨ ਕਰਾਉਣ, ਜਿਹਦੇ ਕੋਲ ਆਪਾਂ ਟੇਪ ਕਰਵਾਈ ਸੀ, ਨਾਲੇ ਕੋਲ ਥੋੜ੍ਹੀ ਜਿਹੀ ਟੇਪ ਹੋਰ ਜ਼ਿਆਦਾ ਕਟਿੰਗ ਕਰਾਉਣੀ, ਉਹ ਵੀ ਕਰਾ ਲਾਂਗੇ, ਵੀਜ਼ਾ ਤਾਂ ਨਹੀਂ ਆ ਗਿਆ ਮੇਰਾ ਕਿਤੇ, ਹਾਂ ਤਾਂ ਨਹੀਂ ਮੈਂ ਹੈਪੀ ਹੋ ਗਿਆ, ਅਮਰੀਕਾ ਕਨੇਡਾ ਦਾ, ਵੀ ਹੁਣ ਅਸੀਂ ਡਿਸਾਈਡ ਕਰਨ ਦੇ ਹਾਂ ਉੱਥੇ ਸ਼ੀਸ਼ੇ 'ਤੇ ਲਾਈਏ ਕਿ ਥੱਲੇ ਲਾਈਏ, ਦੋ ਚੀਜ਼ਾਂ ਲਵਾਉਣ ਲੱਗੇ, ਇੱਕ ਸਪੈਸ਼ਲ ਚੀਜ਼ ਲਵਾਉਣ ਲੱਗੇ ਹਾਂ, ਅਤੇ ਇੱਕ ਖੂਹ ਵਾਲੇ ਲਗਾਉਣਾ ਆ ਆਪਾਂ ਇੱਥੇ, ਦੇਖਦੇ ਹਾਂ ਉੱਥੇ ਰੱਖ ਕੇ ਦੇਖਦੇ ਹਾਂ, ਜੇ ਉੱਥੇ ਸਹੀ ਲੱਗਾ ਸ਼ੀਸ਼ੇ 'ਤੇ ਜਾਂ ਥੱਲੇ, ਇੱਥੇ ਓਕੇ ਲੱਗਾ ਉੱਥੇ ਲਾ ਲੈਣਾ, ਪੰਜਾਬੀ 'ਚ ਲਗਾਉਣ ਲੱਗੇ ਨਾਲੇ, ਸਭ ਤੋਂ ਵੱਡੀ ਗੱਲ ਚਲੋ ਉਹ ਅਪਲਾਈ ਹੋਊ ਫਿਰ,
ओके ਮੜੇ ਰੱਖਿਓ ਇੱਥੇ ਕਿੰਨਾ ਨਾ ਲੱਗਦਾ ਕਿਉਂ ਜ਼ਿਆਦਾ ਉੱਥੇ ਰੱਖਿਓ ਭਾਜੀ ਉੱਤੇ ਇੱਥੇ ਵਧੀਆ ਲੱਗਦਾ ਇੱਥੇ ਵਧੀਆ ਲੱਗਦਾ ਥੱਲੇ ਵਧੀਆ ਲੱਗਦਾ ਆ ਖੂਹ ਵਾਲਾ ਉੱਤੇ ਲਾ ਦਿਓ ਤੇ ਜਿਹੜਾ ਸਪੈਸ਼ਲ ਸਟicker ਆ ਉਹ ਇੱਥੇ ਲਾ ਲੈਨੇ ਪਏ ਹਨਾ ਐਦਾਂ ਗੱਲ ਇੱਥੇ ਆ ਵੀ ਇੱਥੇ ਵੀ ਭਾਜੀ ਰੱਖ ਕੇ ਦੇਤਾ ਇੱਥੇ ਵੀ ਵਧੀਆ ਲੱਗਣਾ ਤਾਂ ਸੋਹਣਾ ਲੱਗਣਾ ਹਾਂ ਇੱਥੇ ਲਗਾਉਂਦੇ ਹਨਾ ਵਾਈਪਰ ਵਾਈਪਰ ਪਾ ਉਧਰੋਂ ਮੈਣੀ ਭਾਜੀ ਕਿੰਨਾ ਕੁ ਬਚਦਾ ਆ ਉਧਰੋਂ ਉਹਨਾਂ ਇਧਰੋਂ ਬਚਣਾ ਹਨਾ ਇੰਨਾ ਬਚਣਾ ਨਹੀਂ ਵਾ ਮੋਲੇ ਪਿਛਲੇ ਵਾਲਾ ਵਾਈਪਰ ਕਿਹੜਾ ਚਲਾਈਦਾ ਇੰਨਾ ਨਾਲੇ ਇਹ ਕਿਹੜਾ ਲਾ ਦੇਣ ਲੱਗਾ ਭਾਜੀ ਹਨਾ ਵਾਈਪਰ ਨਹੀਂ ਲਾਉਂਗਾ ਭਾਜੀ ਹਾਂ ਠੀਕ ਆ ਫਿਰ ਲਾ ਦਿਓ ਇੱਥੇ ਡਿਜ਼ਾਈਨ ਦੋ ਬਣਵਾ ਲਏ ਆਪਾਂ ਇੱਕ ਰੇਡੀਅਮ ਤੇ ਆਊਟਲਾਈਨ ਬਲੈਕ ਦੂਜਾ ਆਊਟਲਾਈਨ ਰੇਡੀਅਮ ਤੇ ਵਿੱਚੋਂ ਬਲੈਕ ਹੁਣ ਜਿਹੜਾ ਸਹੀ ਲੱਗੂ ਉਹ ਲਾ ਲਾਂਗੇ ਤੇ ਦੂਜਾ ਆਪਾਂ ਰੱਖ ਲਾਂਗੇ ਦੂਜੀ ਗੱਡੀ ਤੇ ਲਾ ਦਾਂਗੇ ਆ ਜਾ ਮਾੜਾ ਜਿਹਾ ਚੈੱਕ ਕਰ ਹੋਏ ਦੇਖੀਏ ਇਹ ਦੂਜਾ ਭਾਜੀ ਰੱਖੀ ਨਾਲ ਇਹਦੇ ਦੂਜੇ ਦੀ ਜ਼ਿਆਦਾ ਬ੍ਰਾਈਟ ਆ ਇਹ ਇਹ ਪਹਿਲਾ ਹੈ ਨਾ ਉਹ ਤਾਂ ਮੈਂ ਕਰਵਾਇਆ ਹਾਂ ਭਾਜੀ ਯਾਰ ਜ਼ਿਆਦਾ ਅੱਛਾ ਇਹ ਸਿਲਵਰ ਕਰਕੇ ਚੌੜਾ ਨਹੀਂ ਨਾ ਲੱਗਦਾ ਆਹ ਚੌੜਾ ਚੌੜਾ ਜਿਹਾ ਲੱਗਦਾ ਇਹੋ ਹੀ ਲਾ ਦੇ ਭਾਜੀ ਆਹ ਇਹਨੂੰ ਫਿਰ ਹੋਰ ਕਿਤੇ ਲਾ ਲਾਂਗੇ ਜਿੰਨੇ ਆਣੇ ਰੋਕਣਾ ਹੀ ਲੈ ਵੀ ਇੱਕ ਚੱਕ ਆਹ ਅਤੇ ਦੂਜਾ ਮੂਸਾ ਜੱਟ ਤੀਜਾ ਹਜੇ ਸੋਚਣ ਦੇ ਆ ਕਿੱਥੇ ਲਾਉਣਾ ਆ ਉੱਦਾਂ ਮੈਂ ਰੀਲ ਲੱਗਾ ਸੀ ਪਾਉਣ ਇੰਸਟਾ 'ਤੇ ਮੈਂ ਕਿਹਾ ਮੂਸਾ ਜੱਟ ਉੱਤੇ ਦਿਖਾਵਾਂਗੇ ਫਿਰ ਮੈਂ ਕਿਹਾ ਚਲੋ ਦਰਸ਼ਕਾਂ ਨੂੰ ਵੇਟ ਨਹੀਂ ਕਰਾਉਣੀ ਇੱਕ ਚੀਜ਼ ਹੋਰ ਵਾ ਉਹਦੀ ਰੀਲ ਪਾ ਦਿੰਦੇ ਆਪਾਂ ਇੰਸਟਾ 'ਤੇ ਉਹ ਜਾ ਕੇ ਤੁਸੀਂ ਚੈੱਕ ਕਰ ਲਿਓ ਆਪਣਾ ਇੰਸਟਾਗ੍ਰਾਮ ਖੂਹ ਵਾਲੇ ਵੰਨ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਨਾ ਕਰਨ ਮੈਂ ਵੀ ਸ਼ਹਿਰੋਂ ਹੋ ਕੇ ਨਾ ਇੱਕ ਅਸੀਂ ਨਾ ਫੀਡ ਚੱਕ ਲਿਆਏ ਹਾਂ ਫੀਡ ਡੋਗੀਆਂ ਦੀ ਓਏ ਓਏ ਜਾਮੇ ਤਾਂ ਜਾਣਦੇ ਆ ਤੇ ਹੁਣ ਇੱਕ ਚੋਕਲੇਟ ਲੈ ਕੇ ਚੱਲੇ ਘਰ ਨੂੰ ਦਿਨ ਜੇ ਚੱਲਣ ਦੇ ਨਾ ਮੈਂ ਕਿਹਾ ਆਪੇ ਹੀ ਖਾ ਲੈਂਦੇ ਹਾਂ ਆਪਾਂ ਆਹੋ ਆਪਾਂ ਹੀ ਖਾ ਲਈਏ ਮਾੜਾ ਜਿਹਾ ਚੋਕਲੇਟ ਉੱਦਾਂ ਆਹ ਡੈਰੀ ਡਿਊਰੀ ਮਿਲਕ ਹੋਏ 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 ਇਹ ਤਾਂ ਬੰਦਾ ਭੁੱਲ ਕੇ ਨਾ ਖਾਵੇ ਯਾਰ ਹੈ ਹੋਰ ਤਰ੍ਹਾਂ ਉਹ ਨਹੀਂ ਸਹੀ ਉਹ ਨਾਮ ਨਾਮ ਹੀ ਰਹਿ ਗਿਆ ਡੈਰੀ ਮਿਲਕ ਦਾ ਤਾਂ ਹੁਣ ਬਕਾਰ ਹੀ ਆ ਕੰਮ ਨਹੀਂ ਵਧੀਆ ਵੀ ਆਉਂਦੀ ਡੈਰੀ ਮਿਲਕ ਮਿਲਦੀ ਨਹੀਂ ਡੁਪਲੀਕੇਟ ਮਿਲੀ ਮਿਲੀ ਜਾਂਦੀਆਂ ਡੈਰੀ ਮਿਲਕ ਸਿਲਕ ਵਧੀਆ ਤਾਂ ਮਿਲਦੀ ਨਹੀਂ ਆਪਣੇ ਡੈਰੀ ਮਿਲਕ ਸਿਲਕ ਮੈਂ ਵੀ ਤੁਹਾਡਾ ਚੌਂਤਲੇ ਤਾਂ ਇੱਕ ਹੀ ਖਾ ਗਏ ਜਿਹੜਾ ਖਾਧਾ ਉਹ ਵਧੀਆ ਨਹੀਂ ਨਿਕਲਿਆ ਆਹ ਹੀ ਵਧੀਆ ਆ ਥੈਂਕ ਯੂ ਉਹਨਾਂ ਦੀ ਮੈਂ ਫੀਡ ਵੀ ਲੈਂਦੀ ਹਾਂ ਉਹ ਸ਼ਹਿਰੋਂ ਉਦਾਂ ਦੀ ਆ ਮੈਂ ਕਿਹਾ ਦੇਖ ਲੈਂਦੇ ਪਾ ਕੇ ਖਾਂਦੇ ਕਿ ਨਹੀਂ ਖਾਂਦੇ ਰਹਿਣ ਦਵਾ ਉਟੋ 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 ਕਹਿੰਦੀ ਭੰਗੜੇ ਹੁਣ ਮੈਂ ਵੀ ਅੱਜ ਫਿਰ ਇਹਨਾਂ ਦਾ ਨਾ ਟ੍ਰੀਟਮੈਂਟ ਕਰਵਾਉਣ ਚੱਲੇ ਹਾਂ ਓਏ ਭੁੰਡੋ ਪਰੋਂ ਜਾ ਮਾਂ ਦੇ ਕੰਮ ਤੇ ਕੰਮ ਪੜਦੀਆਂ ਫੁੱਟਗਾ ਨਹੀਂ ਦੋ ਏ ਫੁੱਟੋ ਇਧਰ ਉਧਰ ਇਧਰ ਆ ਜਾ ਉਧਰ ਆ ਜਾ ਤੂੰ ਤਾਂ ਠੀਕ ਹੋ ਗਈ ਆ ਦੇ ਮੈਂ ਦੰਦੀਆਂ ਹੀ ਵੱਢਣੀਆਂ ਹੋਣਗੀਆਂ ਅਤੇ ਇੱਕ ਇਹ ਅਤੇ ਇੱਕ ਹੋਰ ਆ ਉਹ ਫਿਰ ਦੌੜ ਗਿਆ ਉਹਨੂੰ ਫਿਰ ਲੱਭ ਕੇ ਲਿਆਉਂਦੇ ਕਿੱਡੀ ਤਕੜੀ ਸੀ ਇਹ ਹੈ ਨਾ ਕਿੱਥੇ ਜਾਣਾ ਚਲ ਇੱਕ ਆ ਵੀ ਠੀਕ ਹੋ ਗਈ ਆ ਦੋ ਠੀਕ ਹੋ ਗਈਆਂ ਅਤੇ ਦੋ ਹੁਣ ਗੱਡੀਆਂ ਹੋਈਆਂ ਆ ਚਲੋ ਜੀ ਬੈਠੋ ਇੱਕ ਆ ਦੌੜ ਕੇ ਨਾ ਜਿੱਥੇ ਕੁੱਤੀ ਸੂਈ ਉੱਥੇ ਆ ਜਾਂਦੀ ਆ ਪਹਿਲਾਂ ਉਹਨੂੰ ਸਵੇਰੇ ਲੈ ਕੇ ਆਏ ਇੱਕ ਵਾਰੀ ਚੱਕ ਕੇ ਹੁਣ ਮੈਨੂੰ ਲੱਗਦਾ ਫਿਰ ਇੱਧਰ ਦੌੜ ਕੇ ਆ ਗਈ ਆ ਹੁਣ ਫਿਰ ਲੱਭਣੀ ਪੈਣੀ ਆ ਆਪਾਂ ਲਵਾ ਕੇ ਨਾ ਡ੍ਰਿਪ ਉਹਨਾਂ ਦੇ ਡ੍ਰਿਪ ਲਾਉਣ ਵਾਲੇ ਜਿਹੜੇ ਉਹ ਕੱਢ ਦੇਣੇ ਹਨਾ ਹੋਰ ਹੁਣ ਅੱਗੇ ਇੱਥੇ ਉਹ ਉੱਥੇ ਲੁਕੀ ਸੀ ਉੱਥੇ ਬੈਠੀ ਆ ਔਖਾ ਆ ਯਾਰ ਇਹਨਾਂ ਦਾ ਤਾਂ ਕੁੱਤਿਆਂ ਦਾ ਇਹ ਆਉਂਦੇ ਇੱਥੇ ਹੀ ਆ ਬਸ ਇਹਨਾਂ ਨੂੰ ਹੁਣ ਅਸੀਂ ਕਹਿੰਦੇ ਹਾਂ ਵੀ ਠੀਕ ਹੋ ਜਾਣ ਤਾਂ ਫਿਰ ਛੱਡ ਜਾਈਏ ਇੱਥੇ ਹੀ
ਹਾਂਜੀ ਮੈਂ ਤਾਂ ਇੱਥੇ ਟੇਕੇ ਮੈਂ ਤਾਂ 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 ਹਾਂ ਦੂਜੀ ਵਾਰੀ ਅੱਜ ਲੈਣ ਆਈ ਇਹਨੂੰ ਉਹ ਤੂੰ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਹਾਂ ਦੌੜਦੀ ਬਾਹਰ ਨੂੰ ਜਿਹੜੀ ਦੌੜਦੀ ਆ ਉਹਨੂੰ ਪਹਿਲਾਂ ਫੜੀ ਹਾਂ ਦੌੜਦੀ ਜ਼ਿਆਦਾ ਪਾਰਕ ਓਦਾਂ ਵਧੀਆ ਬਣੀ ਹੋਈ ਕਿਤੇ ਆਉਂਦੇ ਖੇਡਾਂ ਖੇਡਣ ਨੂੰ ਇੱਕ ਉਹ ਪੂਰੇ ਰੰਗ ਦਾ ਦੇਖੀ ਜਾਂਦੀ ਹੈ ਡਰਦਾ ਅੱਧੇ ਤੇ ਇੱਥੇ ਆ ਕੇ ਡਰ ਜਾਂਦੇ ਆ ਉਹ ਦੋ ਠੀਕ ਆ ਇਹ ਨਹੀਂ ਹਜੇ ਠੀਕ ਕਰ ਰਿਹਾ ਮਿੱਟੀ ਘਟ ਗਈ ਆ ਉਹ ਕਰਦੀ ਹਜੇ ਕੋਈ ਗੱਲ ਸੈਪਰੇਟ ਰੱਖੋ ਹਜੇ ਵੀ ਇਹਨਾਂ ਨੂੰ ਉਲਟੀ ਟੱਟੀ ਦੀ ਦੱਸੋ ਹਿਸਾਬ ਦਾ ਪਰ ਖਾਂਦੇ ਨਹੀਂ ਦੋਨੇ ਹਾਂਜੀ ਖਾਂਦੇ ਨਹੀਂ ਪਾਰੋ ਵਾਇਰਸ ਦੇ ਵਿੱਚ ਸਟਮਕ ਦੇ ਵਿੱਚ ਅਲਸਰ ਹੋ ਜਾਂਦੇ ਆ ਉਹਦੇ ਵਿੱਚ ਭੁੱਖ ਮਾਰ ਜਾਂਦੀ ਹੈ ਇਹਨਾਂ ਦੀ ਉਹਦੇ ਵਿੱਚ ਬਲੀਡਿੰਗ ਵਗੈਰਾ ਦਿਖਦੇ ਰਹਿੰਦੇ ਉਹੀ ਵੋਮਿਟ ਰਾਹੀਂ ਉਹੀ ਪੋਟੀ ਰਾਹੀਂ ਆਉਂਦੇ ਆ ਮਿੱਟੀ ਚ ਜਾ ਜਾ ਕੇ ਮਿੱਟੀ ਪੁੱਟ ਪੁੱਟ ਕੇ ਵਿੱਚ ਉਲਟੀ ਕਰਦੇ ਹੁੰਦੇ ਨਾ ਬੜੀ ਆਦਤ ਇਹਨਾਂ ਦੀ ਮਾੜੀ ਮਿੱਟੀ ਤਾਂ ਦੂਰ ਹੀ ਕਰ ਦਿੰਦੇ ਵਿੱਚ ਨੱਕ ਵਾੜ ਲੈਣਗੇ ਪਤਾ ਨੀ ਕੀ ਸੁੰਘਦੇ ਆ ਤੇ ਨਾਲ ਸ਼ੁਰੂ ਹੋ ਜਾਂਦੇ ਉਲਟੀ ਕਰਨ ਕਿਉਂਕਿ ਇੱਥੇ ਵੀ ਜਿਹੜੇ ਪਾਰੋ ਵਾਲੇ ਕੇਸ ਹੁੰਦੇ ਟ੍ਰੀਟਮੈਂਟ ਲਈ ਥੱਲੇ ਘੁਮਾਉਣ ਲਈ ਕਹਿੰਦੇ ਛੱਡਣ ਲਈ ਤੇ ਇੱਥੇ ਇੱਥੇ ਘੁੰਮ ਫਿਰਨ ਠੀਕ ਲੈਂਦਾ ਜਦੋਂ ਮਿੱਟੀ ਚ ਜਾਂ ਘਾਹ ਚ ਰੱਖਦੇ ਨਾ ਨਾਲ ਹੀ ਜਾ ਕੇ ਨੱਕ ਥੱਲੇ ਤੇ ਉਲਟੀ ਸ਼ੁਰੂ ਪਾਰੋ ਬੈਟ ਹੋਮੋਪੈਥਿਕ ਦਵਾਈ ਦੇਈ ਜਾਇਓ ਇਹਨੂੰ ਕਿਹਨੂੰ ਜਦੋਂ ਲੱਗੀ ਹੋਈ ਆ ਸੈੱਟ ਪਹਿਲਾਂ ਤਾਂ ਜਮਾਂ ਹੀ ਨਹੀਂ ਉੱਠਦਾ ਸੀ ਅੱਛਾ ਬੈਠੇ ਰਹਿਣਾ ਇਹਨੇ ਲੰਬੇ ਪੈ ਜਾਂਦਾ ਹੈ ਹੁਣ ਘਰੇ ਕੋਈ ਹੁੰਦਾ ਨਹੀਂ ਨਾ ਅੱਛਾ ਇਹ ਨਾ ਆਪਣੇ ਇੱਥੇ ਕਲੋਨੀ ਹੁੰਦੀ ਸੀਗੀ ਘਰਾਂ ਦੇ ਕੋਲ ਅਤੇ ਉਦੋਂ ਇੱਦਾਂ ਦੇ ਘਰ ਹੁੰਦੇ ਸੀ ਸਾਰੇ ਆਹ ਮੈਂ ਛੋਟਾ ਹੁੰਦਾ ਸੀਗਾ ਸਾਡੇ ਮੱਝਾਂ ਮੁੱਝਾਂ ਰੱਖੀਆਂ ਹੁੰਦੀਆਂ ਦੁੱਧ ਲੈਣ ਆਉਂਦੇ ਹੁੰਦੇ ਸੀਗੇ ਕਲੋਨੀਆਂ 'ਚੋਂ ਕਈ ਜਣੇ ਹੁਣ ਤਾਂ ਸਾਰਿਆਂ ਨੇ ਢਾਹ ਕੇ ਉਹਨਾਂ ਨੂੰ ਮੋਡੀਫਾਈ ਕਰ ਦਿੱਤਾ ਸਾਰਿਆਂ ਨੇ ਆਹ ਜਿਹੜਾ ਇਹਨੂੰ ਡੋਗ ਦਾ ਹੋਸਪਿਟਲ ਬਣਾ ਤਾ ਤਾਂ ਕਰਕੇ ਬਚਿਆ ਆ ਹੈਗਾ ਵੀ ਕੋਰਨਰ 'ਤੇ ਮੇਨ ਪੁਆਇੰਟ ਦੇ ਉੱਤੇ ਅੰਦਰੋਂ ਕਮਰੇ ਵੀ ਉੱਦਾਂ ਦੇ ਹੀ ਆ ਪੁਰਾਣੇ ਸਾਡੇ ਉਦੋਂ ਬਾਲੇ ਬੁੱਲੇ ਪਏ ਹੁੰਦੇ ਸੀਗੇ ਪਰ ਸ਼ਹਿਰ ਦੇ ਵਿੱਚ ਕਲੋਨੀਆਂ ਦੇ ਵਿੱਚ ਉਦੋਂ ਵੀ ਲੈਂਟਰ ਹੁੰਦੇ ਸੀ ਇੱਦਾਂ ਦੇ ਲੈਂਟਰ ਪਏ ਆ ਅੰਦਰ ਨਿਸ਼ਾਨੀਆਂ ਲਾਈਆਂ ਹੋਈਆਂ ਜਿੱਦਾਂ ਇੰਨੇ ਇੰਨੇ ਥੋੜ੍ਹੇ ਥੋੜ੍ਹੇ ਇੱਕ ਉਹ ਵੱਡਾ ਕੋਈ ਵਿਚਾਰਾ ਬੰਦਿਆ ਰੱਬ ਨੂੰ ਮਿਲਣਾ ਹੈ ਤਾਂ ਕੁੱਤਿਆਂ ਤੋਂ ਸਿੱਖੋ ਸਾਰੀਆਂ ਮਸਲਾਂ ਸਾਰੀਆਂ ਤਾਂ ਨਹੀਂ ਹੜੀਆਂ ਮੈਨੂੰ ਆਦਾ ਜਿਹੜੀਆਂ ਮੇਨ ਮੇਨ ਉਹਨਾਂ ਦੇ ਨਾਮ ਵੀ ਲਿਖੇ ਹੋਏ ਆ ਨਾਮ ਲਿਖੇ ਹੋਏ
ਅੱਖਾਂ ਵਿੱਚ ਚੋਟ ਵੀ ਕੱਲ ਵੀ ਲਗਾ ਨੰਬਰ ਲੱਗੇ ਨਾਲ ਤੁਹਾਡੇ ਕੋ ਕਿਹੜਾ ਕੁੱਤਾ ਲੰਬੇ ਸੇ ਮਾਰ ਰਹੇ ਸੇ ਤੋ ਯਹਾਂ ਪੇ ਲੱਗ ਗਿਆ ਨੰਬਰ ਪੜ ਕੇ ਦੇਖ ਲਿਆ ਤੁਹਾਡੇ ਕੋ ਕਿਹੜਾ ਕੁੱਤਾ ਕੁੱਤੇ ਦਾ ਨਾਂ ਕੀ ਆ ਇਹ ਬਾਹਰ ਸਟਰੀਟ ਡੌਗ ਨਾਲ ਲੜਿਆ ਬਾਰਾਂ ਕੁੱਤਿਆਂ ਹਾਂ ਅਚਾਨਕ ਲੜਾਈ ਹੋ ਗਈ ਕੀ ਬਸ वो दूसरा फीमेल वगैरह तो नहीं था कुत्ती हां बस वो उसी के चक्कर में हो रहा है वो फीमेल के साथ वो कुत्ते वाले कुत्ते के साथ थे ये बेचारा लड़के आया ਇਹਦੇ ਹੁਣ ਕਿਸੇ ਦੇ ਏਰੀਆ ਚੱਲ ਗਿਆ ਉਹਨਾਂ ਨੇ ਫੈਂਟੀ ਤੇ ਲਾਣੀ ਸੀ ਅਸੀਂ ਇਹ ਫੈਂਟੀ ਤਾਂ ਉਹਦੇ ਵੀ ਲੱਗਿਆ ਜਦੋਂ ਇਹ ਲੈ ਕੇ ਗਿਆ ਉਹ ਖਾਣੇ ਉਹ ਦੂਰੋਂ ਹੀ ਭੱਜ ਗਿਆ ਦੇਖਦਾ ਹੀ ਦੌੜ ਗਿਆ चलो अपने तो हो गए हूँ दिल लगा हुआ वा हूँ बाथरूम आया ड्रिप लगे हुए हूँ हम ऐसा बाथरूम आ गया ता ही नहीं तो टपदी सी बिलू बिलू नहीं टपदी है ना बेहद 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 कुछ नहीं पूछता हाँ माड़ा जहा रखे हाथ नहीं छाल मैं पार के छद मैं इतने खड़ा हो जाता है कर लूगी बाथरूम नहीं जाना इधर ही रहना हाँ बाथरूम आया सी देख के भाई अज का भी अपना ढे करके देख लो रोज लेट हो जाना है जो हम ठीक छेती छेती बड़ा बाथरूम किया जिन्हें भी वो डोग दे ओनर है ना कोई आप नहीं आता है कोई कोई आता आप नहीं तो जिन्हें ने गां बंदे रखे आ ਜਾਂ ਕਈਆਂ ਨੇ ਲੇਡੀਜ਼ ਰੱਖੀਆਂ ਆ ਨਾ ਉਹੀ ਲੈ ਕੇ ਆਏ ਹੋਏ ਆ ਮੈਂ ਵੀ ਕਿਹਾ ਕੁੱਤੇ ਕੋਈ ਉਹ ਮੈਂ ਤਾਂ ਸਮਝੀ ਜਾਂਦਾ ਯਾਰ ਬਈਆਂ ਨੇ ਰੱਖ ਲਏ ਕੁੱਤੇ ਕੋਈ ਆਪ ਆਉਂਦਾ ਹੀ ਨਹੀਂ ਲੈ ਕੇ ਇਹ ਕੈਸਾ ਪਿਆਰ ਹੈ ਹਨਾ ਵੀ ਹਾਂ ਤਾਂ ਜੇ ਰੱਖਿਆ ਆ ਹਨਾ ਇੰਨੇ ਮਹਿੰਗੇ ਮਹਿੰਗੇ ਕੁੱਤੇ ਉਹਨੂੰ ਆਪ ਲੈ ਕੇ ਆਓ ਕਿ ਨਹੀਂ ਪਰ ਲੋਕਾਂ ਕੋਲ ਅੱਜ ਕੱਲ੍ਹ ਜ਼ਿੰਦਗੀ ਇੱਦਾਂ ਦੀ ਹੋ ਗਈ ਆ ਟਾਈਮ ਹੀ ਹੈ ਨਹੀਂਗਾ ਟਾਈਮ ਦੀ ਕਮੀ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ ਟਾਈਮ ਦੇ ਹੁੰਦਾ ਤੇ ਕੁੱਤਿਆਂ ਨੂੰ ਕਿੱਥੇ ਆ ਵੀ ਹੁਣ ਇਹਨਾਂ ਨੂੰ ਲਾ ਕੇ ਕੁੱਤਿਆਂ ਨੂੰ ਘਰੇ ਮੈਂ ਉੱਥੇ ਜਾਣਾ ਆ ਆਪਣੀ ਜੀਭ ਦਾ ਸਮਾਨ ਚੱਕਣ ਜੀਭ ਦੀਆਂ ਸੀਟਾਂ ਆਪਣੀਆਂ ਬਣ ਗਈਆਂ ਉਹ ਚੱਕ ਕੇ ਉੱਥੇ ਦੇ ਕੇ ਆਉਣਗੀਆਂ ਜੀਭ ਦੀ ਸੀਟ ਕੱਸ ਕੇ ਅਤੇ ਫਿਰ ਚੱਕ ਲਿਆਉਣੀ ਜੀ ਪਾਪਾ ਅੱਜ ਆ ਵੀ ਇਹ ਕਿੰਨੇ ਦਿਨਾਂ ਦੀ ਵਾਸ਼ ਨਹੀਂ ਸੀ ਕੀਤੀ ਸਪੈਸ਼ਲ ਸ਼ੈਂਪੂ ਮਾਰਿਆ ਤਾਂ ਗੱਡੀ ਆਪਣੀ ਐਨ ਆਂਡੇ ਵਾਂਗੂ ਚਮਕਣ ਲੱਗ ਪਈ ਆ ਕੱਪੜਾ ਵੀ ਸਪੈਸ਼ਲ ਹੀ ਆ ਇਹਦਾ ਕੀ ਆ ਇਹਦੇ ਵਿੱਚ ਨਾ ਡੋਗੀਆਂ ਨੂੰ ਲੈ ਕੇ ਜਾਈਦਾ ਆ ਤਾਂ ਕਰਕੇ ਮੈਂ ਕਿਹਾ ਉਹਨਾਂ ਨੂੰ ਨਾ ਬੈਕਟੀਰੀਆ ਵਾਇਰਸ ਵੂਰਸ ਜੇ ਆ ਉਹ ਵਿੱਚ ਨਾ ਰਹਿਣ ਤਾਂ ਕਰਕੇ ਮੈਂ ਸਾਫ਼ ਕਰ ਦਿੰਦਾ ਹੁੰਦਾ ਇਹਨਾਂ ਨੂੰ ਅਤੇ ਹੁਣ ਆਪਾਂ ਨੂੰ ਕੁੱਤਿਆਂ ਨੂੰ ਡਰੇ ਡਰਿਪ ਲਵਾ ਲਿਆਏ ਸੀਗੇ ਜਿਹੜੇ ਠੀਕ ਆ ਉਹ ਦੌੜੇ ਫਿਰਦੇ ਆ ਅਤੇ ਬਾਕੀ ਗਏ ਆ ਸੌਂ ਭੂੰਡੋ ਭੂਟੋ ਆ ਜਾ ਭੂਟੋ ਆ ਜਾ ਆ ਜਾ ਆ ਜਾ ਭੂਟੋ ਇਹ ਦੋਵੇਂ ਠੀਕ ਆ ਇਹ ਆ ਜਾਂਦੇ ਜੀ ਭੂਟੋ ਭੂਚੋ ਭੂਟੋ ਆ ਵੀ ਠੀਕ ਹੋ ਗਿਆ ਸਭ ਤੋਂ ਪਹਿਲਾਂ ਇਹ ਬਿਮਾਰ ਹੋਈ ਸਭ ਤੋਂ ਪਹਿਲਾਂ ਸਹੀ ਹੋਈ ਇਹ ਬਹੁਤ ਤੇਜ਼ ਆ ਭੂਟੋ ਜੀ ਇਹਦਾ ਨਾਮ ਭੂਟੋ ਰੱਖਿਆ ਭੂਟੋ ਇਹ ਭੂਟੋ 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 ਇਹ ਭੂਟੋ 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 ਸਵੇਰੇ ਜਦੋਂ ਆਈਦਾ ਨਾ ਬਾਹਰ ਪਹੁੰਚੇ ਫੜ ਲੈਂਦੀ ਦੰਦੀਆਂ ਵੱਢ ਲੱਗ ਪੈਂਦੀ ਹੈ ਮੈਨੂੰ ਕੁਛ ਖਾਣ ਨੂੰ ਕੋਲ ਇੱਥੋਂ ਪਹੁੰਚਾ ਫੜ ਲੈਣਾ ਇਹਨੇ ਖਿੱਚੀ ਜਾਣਾ ਖਿੱਚੀ ਜਾਣਾ ਅਤੇ ਜਦੋਂ ਪਾ ਦਈਏ ਫਿਰ ਇਹਨੇ ਦੌੜ ਜਾਣਾ ਫਿਰ ਨਹੀਂ ਲੱਗ ਜਾਣਾ ਹੁਣ ਅਸੀਂ ਚੱਲਦੇ ਹਾਂ ਇੱਕ ਨਾ ਸਪੈਸ਼ਲ ਵੀਡੀਓ ਸ਼ੂਟ ਕਰਨ ਆਪਣੇ 2.0 ਚੈਨਲ 'ਤੇ ਆਊਗੀ ਖੂਹ ਵਾਲੇ ਤੁਹਾਨੂੰ ਦੱਸਿਆ ਸੀਗਾ ਮੈਂ ਇੱਕ ਨਾ ਉੱਤੇ ਵੀ ਵੀਡੀਓ ਪਾਈ ਹੋਈ ਆ ਉੱਤੇ ਸਾਰੀ ਡਿਟੇਲ ਦਿੱਤੀ ਆ ਇੱਕ ਵਾਰੀ ਫਿਰ ਮੈਂ ਇੱਥੇ ਵੀ ਦੇ ਦਿੰਦਾ ਹਾਂ ਆ ਫੜੀ ਮਾੜਾ ਜਿਹਾ ਇਹ 'ਤੇ ਵੀ ਦੱਸ ਦਈਏ ਇੱਕ ਤਾਂ ਉਸ ਚੈਨਲ 'ਤੇ ਆਪਾਂ ਦੱਸਿਆ ਆ ਜਿੱਦਾਂ ਕਿਸੇ ਨੇ ਪ੍ਰਮੋਸ਼ਨ ਕਰਾਉਣੀ ਆ ਹੈ ਨਾ ਜੇ ਕਿਸੇ ਦਾ ਕੋਈ ਬਿਜ਼ਨਸ ਆ ਹੈ ਨਾ ਉਹ ਤੋਂ ਉਹਨਾਂ ਨੇ ਪੈਸੇ ਕਮਾਉਣੇ ਆ ਹੈ ਨਾ ਉਹਨਾਂ ਦੇ ਅਸੀਂ ਨਾ ਇੱਕ ਉਹ ਰੱਖ ਦਿੱਤਾ ਹੋਇਆ ਵੀ ਇੰਨੀ ਇੰਨੀ ਮਨੀ ਲੱਗਣੀ ਆ ਤੁਹਾਡੇ ਕੋਲ ਅਤੇ ਜਿੱਦਾਂ ਕਈਆਂ ਦੇ ਹੁੰਦੇ ਆ ਵੱਡੇ ਵੱਡੇ ਫਾਰਮ ਹੁੰਦੇ ਆ ਗੱਡੀਆਂ ਦੀ ਕਲੈਕਸ਼ਨ ਹੁੰਦੀ ਆ ਹੈ ਨਾ ਉਹਨਾਂ ਦੀ ਵੀਡੀਓ ਜਿਹੜੀ ਆਪਾਂ ਫਰੀ 'ਚ ਪਾਇਆ ਕਰਨੀ ਆ ਜਿਨ੍ਹਾਂ ਨੇ ਬਿਜ਼ਨਸ ਰਿਲੇਟਡ ਪਾਉਣੀ ਉਹਨਾਂ ਕੋਲ ਥੋੜ੍ਹੇ ਜਿਹੇ ਇੱਕ ਕਿ ਅਮਾਊਂਟ ਰੱਖਣੀ ਆ ਆਪਾਂ ਬਸ ਇੱਕ ਅਮਾਊਂਟ ਰੱਖੀ ਹੋਈ ਆ ਉਹਨਾਂ ਕੋਲ ਉਹ ਪੈਸੇ ਲਿਆ ਕਰਨੇ ਬਾਕੀਆਂ ਕੋਈ ਪੈਸਾ ਨਹੀਂ ਬਸ ਆਉਣ ਜਾਣ ਦਾ ਤੁਹਾਨੂੰ ਕਿਆ ਕਰਨਾ ਤੇਲ ਪਾਣੀ ਦਾ ਖਰਚਾ ਬਾਕੀ ਉਹਨਾਂ ਦੀ ਬੱਲੇ ਬੱਲੇ ਪੂਰੀ ਕਰਾ ਦਿਆ ਕਰਾਂਗੇ ਅਤੇ ਜੇ ਕਿਸੇ ਕੋਲ ਵਿੰਟੇਜ ਕਾਰਾਂ ਆ ਉਹਨਾਂ ਦੀ ਵੀਡੀਓ ਪਾਇਆ ਕਰਾਂਗੇ ਜੇ ਕਿਸੇ ਨੇ ਵੇਚਣੀ ਆ ਆਪਣੀ ਗੱਡੀ ਲਗਜ਼ਰੀ ਗੱਡੀਆਂ ਹੁੰਦੀਆਂ ਆ ਜ਼ਿਆਦਾ ਥੱਲੇ ਵਾਲੀ ਨਹੀਂ ਜਾਂ ਤਾਂ ਵਿੰਟੇਜ ਅਤੇ ਜਾਂ ਥੋੜ੍ਹੇ ਜਿਹੇ ਅਪ ਮਾਡਲ ਵਾਲੀਆਂ ਦਸ ਦਸ ਤੋਂ ਉੱਪਰ ਉੱਪਰ ਵਾਲੀਆਂ
ਜੇ ਕਿਸੇ ਸੇਲ ਕਰਾਉਣੀ ਆ ਨਾ ਉਹਦੀ ਵੀਡੀਓ ਵੀ ਪਾ ਦਿਆ ਕਰਾਂਗੇ ਆਪਾਂ ਉਸ ਚੈਨਲ ਦੇ ਉੱਤੇ। ਅਤੇ ਮਿਲਦੇ ਹਾਂ ਹੁਣ ਕੱਲ੍ਹ ਨੂੰ, ਹੁਣ ਅਸੀਂ ਚੱਲਦੇ ਹਾਂ ਇੱਕ ਸਪੈਸ਼ਲ ਵੀਡੀਓ ਆਉਣੀ ਉਸ ਚੈਨਲ 'ਤੇ, ਉਹਦੀ ਸ਼ੂਟ ਕਰਨ, ਉਹ ਵੀਡੀਓ ਸ਼ੂਟ ਕਰਨ ਚੱਲਦੇ ਹਾਂ। ਮਿਲਦੇ ਹਾਂ ਹੁਣ ਕੱਲ੍ਹ ਨੂੰ, ਓਕੇ ਜੀ, ਬਾਏ ਬਾਏ।